ਜਦ ਕੋਠੇ ਤੇ ਚੜ ਕੇ ਐਂਟੀਨਾ ਸੈੱਟ ਕਰਕੇ ਚਾਤੀ ਮਾਰ ਕੇ ਰੋਜ਼ ਬੁਲਾਉਂਦਾ ਸੀ ਉਹ ਵੇਲਾ ਯਾਦ ਕਰੋ। ਵੇਲਾ ਸਾਨੂੰ ਯਾਦ ਕਰਾਤਾ ਹੈ ਕੁਲਵਿੰਦਰ ਬਿੱਲਾ ਸਾਹਿਬ ਨੇ। ਬਿੱਲਾ ਜੀ, ਜੀ ਆਇਆਂ ਨੂੰ ਕੀ ਹਾਲ ਨੇ? ਥੈਂਕ ਯੂ ਜੀ, ਥੈਂਕ ਯੂ ਸੋ ਮਚ, ਬਹੁਤ ਵਧੀਆ। ਭਾਜੀ, ਜਿਹੜਾ ਗੀਤ ਆਇਆ ਐਂਟੀਨਾ, ਇਹਨੇ ਉਹ ਵੇਲਾ ਜਦੋਂ ਐਂਟੀਨਾ ਸੈੱਟ ਕਰੀਦਾ ਸੀ, ਪਹਿਲੇ ਤਾਂ ਜਾਣਨਾ ਚਾਹਾਂਗੇ ਤੁਸੀਂ ਕਿੰਨੀ ਵਾਰੀ ਐਂਟੀਨਾ ਸੈੱਟ ਕੀਤਾ? ਐਂਟੀਨਾ ਮੈਨੂੰ ਲੱਗਦਾ ਵੀ ਮੈਂ ਵੀ ਉਹ ਦੌਰ ਦੇ ਵਿੱਚੋਂ ਹੈਗਾ, ਬਹੁਤਾ ਵੱਡਾ ਨਹੀਂ ਹੈਗਾ ਪਰ ਮੈਂ, ਪਰ ਜਦੋਂ ਨਵੇਂ ਨਵੇਂ ਟੀਵੀ ਆਏ ਸੀ ਸਾਡੇ ਪਿੰਡ ਦੇ ਵਿੱਚ, ਮੈਨੂੰ ਲੱਗਦਾ ਵੀ ਸਾਡੇ ਦੂਜਾ ਟੀਵੀ ਸੀਗਾ, ਅਤੇ ਫਿਰ ਲੋਕ ਆਲੇ ਦੁਆਲੇ ਗੁਆਂਢੀ ਸਾਰੇ ਮਹਾਭਾਰਤ ਦੇਖਣ ਆਉਂਦੇ ਹੁੰਦੇ ਸੀਗੇ, ਅਤੇ ਐਂਟੀਨਾ ਸੈੱਟ ਕਰਨਾ, ਇੱਕ ਜਣਾ ਕੋਠੇ 'ਤੇ ਹੁੰਦਾ ਸੀ, ਇੱਕ ਜਣਾ ਥੱਲੇ, ਕਿ ਜਣਾ ਰੂਮ 'ਚ, ਫਿਰ ਦੱਸਣਾ ਵੀ ਹੋ ਗਿਆ ਹੋ ਗਿਆ ਹੋ ਗਿਆ ਸੈੱਟ, ਉੱਦਾਂ ਦੀਆਂ ਚੀਜ਼ਾਂ ਕਰਕੇ ਬੜਾ ਸਵਾਦ ਆਉਂਦਾ। ਅਤੇ ਬਾਕੀ ਜਿਹੜੀ ਉਹਦੇ ਵਿੱਚ ਆਪਾਂ ਸਟੋਰੀ ਲੈ ਕੇ ਆਏਗੇ ਉਹ ਇੱਕ, ਫਿਰ ਐਂਟੀਨਾ ਸੈੱਟ ਕਰਨ ਦੇ ਬਹਾਨੇ ਫਿਰ ਆਪਾਂ ਕੁਛ ਹੋਰ ਵੀ ਸੈੱਟ ਹੋ ਰਿਹਾ, ਅਤੇ ਬੜਾ ਵਧੀਆ ਵੀਡੀਓ ਬਣਿਆ। ਅਤੇ ਗੀਤ ਹੁਣੇ ਤਾਜ਼ਾ ਤਾਜ਼ਾ ਜਿਹੜਾ PTC ਪੰਜਾਬੀ 'ਤੇ ਐਕਸਕਲੂਸਿਵ ਜਿਹੜਾ ਉਹ ਆਇਆ, ਅਤੇ ਅਸੀਂ ਭਾਜੀ ਨਾਲ ਹੁਣ ਉਹਨਾਂ ਦੇ ਘਰੇ ਬੈਠੇ ਹਾਂ। ਅਤੇ ਭਾਜੀ, ਪਹਿਲੇ ਤਾਂ 2 17 ਇਹਦੀਆਂ ਹੋ ਜਾਣੀਆਂ। ਹਾਂਜੀ ਜੀ। ਉਹਦਾ ਜੂਨ ਦੀਆਂ ਛੁੱਟੀਆਂ ਚ ਭੂਆ ਕੋਲੇ ਆਉਣਾ, ਤਪਦੀ ਦੁਪਹਿਰ ਵਿੱਚ ਛੱਤ ਤੇ ਖਲੋਣਾ, ਅੱਖਾਂ ਅੱਗੇ ਘੁੰਮਦੀ ਦੋ ਗੁੱਤਾਂ ਵਾਲੀ, ਉਹ ਵੇਖ ਵੇਖ ਜਿਹਨੂੰ ਨੀ ਸੀ ਦਿਲ ਭਰਦਾ, ਉਹਨੂੰ ਪਤਾ ਕੋਠੇ ਤੇ ਕਿਉਂ ਸੀ ਚੜਦਾ, ਲੋਕਾਂ ਪਾਣੀ ਸੈੱਟ ਐਂਟੀਨਾ ਕਰਦਾ। ਭਾਜੀ, ਅਸੀਂ PTC ਪੰਜਾਬੀ ਦੇ ਆਫੀਸ਼ੀਅਲ ਫੇਸਬੁੱਕ ਪੇਜ ਤੋਂ ਵੀ ਲਾਈਵ ਹੈ। ਹਾਂਜੀ ਹਾਂਜੀ। ਲਵਲੀ ਕੌਰ ਦਾ, ਹਰਿੰਦਰ ਹੋਣਾ ਦਾ ਮੈਸੇਜ ਆਇਆ, ਨਾਈਸ ਸੌਂਗ, ਤੁਹਾਡੀ ਆਵਾਜ਼ ਬਹੁਤ ਪਸੰਦ ਆ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ, ਲਵਲੀ ਕੌਰ ਜੀ ਅਤੇ ਹਰਿੰਦਰ ਜੀ, ਬਹੁਤ ਬਹੁਤ ਥੈਂਕ ਯੂ, ਮਿਹਰਬਾਨੀ, ਤੁਸੀਂ ਪਿਆਰ ਦਿੰਦੇ ਹੋ, ਇੱਦਾਂ ਵਧੀਆ ਵਧੀਆ ਗੀਤ ਤੁਹਾਡੇ ਲਈ ਲੈ ਕੇ ਆਉਂਦਾ। ਤੇ ਭਾਜੀ, ਜਿਵੇਂ ਤੁਸੀਂ ਕਹਿ ਰਹੇ ਹੋ ਐਂਟੀਨਾ ਸੈੱਟ ਕਰਦੇ ਸੀ, ਐਂਟੀਨਾ ਦੇ ਜ਼ਰੀਏ ਜਿਵੇਂ ਮੈਂ ਕਿਹਾ ਚਾਤੀ ਮਾਰ ਕੇ ਕਿਸੇ ਨੂੰ ਵਾਜਾਂ ਵੀ ਮਾਰੀਆਂ ਕਦੇ? ਹਾਂ, ਕੋਈ ਹੈ, ਕਿਉਂਕਿ ਜਿਹੜੀਆਂ ਆਪਣੀ ਸਟੋਰੀਆਂ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚੋਂ ਨਿਕਲਦੀਆਂ ਨੇ, ਆਪਣੀ ਜੋ ਹੰਢਾਈਆਂ ਹੁੰਦੀਆਂ ਨੇ। ਅਤੇ ਬਟ ਮੈਂ ਅੱਜ ਤੱਕ ਕਦੇ ਕੋਈ, ਕਿਉਂਕਿ ਆਪਣਾ ਘਰ ਸੀ ਪਿੰਡ 'ਚ, ਹੈ ਨਾ, ਅਤੇ ਆਪਣੇ ਪਿੰਡ ਦੀ ਕੁੜੀ ਨਾਲ ਤਾਂ ਆਪਾਂ ਨੇ ਕੁਛ ਕੀਤਾ ਨਹੀਂ, ਤਾਂਹੀਓ ਆਪਾਂ ਜਿਹੜੀ ਕੁੜੀ ਹੈ ਉਹ ਗਵਾਂਢੀਆਂ ਦੇ ਆਈ ਹੈ, ਭੂਆ ਕੋਲ ਆਈ ਹੈ, ਅਤੇ ਇੱਕ ਸਟੋਰੀ ਆਪਾਂ ਨੇ ਮੈਚ ਕਰੀ, ਕਿਉਂਕਿ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ ਇੱਦਾਂ ਦੀਆਂ ਗੱਲਾਂ, ਉਹ ਉਮਰ ਵੀ ਉਸ ਵੇਲੇ ਕੋਈ ਇੱਦਾਂ ਹੀ ਹੁੰਦੀ ਹੈ, ਕੋਈ ਪਤਾ ਨਹੀਂ ਲੱਗਦਾ, ਨਾ, ਅਤੇ ਇਸ਼ਕ ਪਿਆਰ ਮੁਹੱਬਤ ਜੋ ਵੀ ਚੱਲਦਾ, ਅਤੇ ਉਹ ਫਿਰ ਐਂਟੀਨਾ ਸੈੱਟ ਹੋ ਰਿਹਾ, ਅਤੇ ਨਾਲ ਨਾਲ ਫਿਰ ਇੱਧਰ ਗਵਾਂਢੀਆਂ ਦੀ ਕੁੜੀ ਤਣੀ 'ਤੇ ਕੱਪੜੇ ਪਾਉਣ ਆਈ ਹੋਈ ਹੈ, ਅਤੇ ਉਹਨੂੰ ਵੀ ਝਾਤੀ ਵੱਜ ਰਹੀ ਹੈ। ਜਿਵੇਂ ਐਂਟੀਨਾ ਨਾਲ ਉਹ ਵੇਲਾ ਜਿਹੜਾ ਉਹ ਯਾਦ ਆਇਆ, ਉਵੇਂ ਤੁਹਾਡੇ ਗੀਤਾਂ ਵਿੱਚ ਮੈਂ ਵੇਖਿਆ ਭੂਆ ਦੇ ਪਿੰਡ ਆਉਣ ਦਾ ਜਾਂ ਭੂਆ ਦੇ ਘਰ ਆਉਣ ਦਾ ਬੜਾ ਜ਼ਿਕਰ ਹੁੰਦਾ, ਜਦੋਂ ਭੂਆ ਦੇ ਘਰ ਤੁਸੀਂ ਛੁੱਟੀਆਂ ਕੱਟਣ ਜਾਂਦੇ ਸੀ, ਕੋਈ ਉਸਦਾ ਵਾਕਿਆ ਵੀ? ਮੈਂ ਇੱਕ ਹੋਰ ਦੱਸਦਾ, ਮੈਂ ਭੂਆ, ਮੈਂ ਸੱਚੀ ਗੱਲ ਦੱਸਾਂ ਵੀ ਮੈਂ ਰਿਸ਼ਤੇਦਾਰੀਆਂ 'ਚ ਸਾਰੀਆਂ 'ਚ ਮਾਸੀ ਭੂਆ ਸਾਰਿਆਂ ਕੋਲੇ ਭਰ ਗਿਆ, ਪਰ ਭੂਆ ਕੋਲੇ ਮੈਂ ਘੱਟ ਗਿਆ ਹੈਗਾ, ਉਨਾ ਮੈਂ ਭੂਆ ਕੋਲੇ ਨਹੀਂ ਗਿਆ ਜਿੰਨਾ ਮੈਂ ਬਾਕੀ ਰਿਸ਼ਤੇਦਾਰ, ਜ਼ਿਆਦਾਤਰ ਮੈਂ ਨਾਨਕੇ ਮੇਰੀ ਮਾਸੀਆਂ ਕੋਲੇ ਗਿਆ, ਅਤੇ ਪਰ ਇੱਕ ਸਟੋਰੀ ਬਣ ਗਈ ਸੀ ਟਾਈਮ ਟੇਬਲ ਦੀ, ਟਾਈਮ ਟੇਬਲ 1, ਟਾਈਮ ਟੇਬਲ 2, ਟਾਈਮ ਟੇਬਲ 3 ਹੈ ਇਹਦਾ ਨਾਂ, ਅਸੀਂ ਟਾਈਮ ਟੇਬਲ 3 ਨਹੀਂ ਰੱਖਿਆ, ਐਂਟੀਨਾ ਰੱਖਿਆ, ਪਰ ਹੈ ਟਾਈਮ ਟੇਬਲ 3 ਦਾ ਪਾਰਟ ਹੈ, ਅਤੇ ਬਾਕੀਆਂ ਦੇ ਵਿੱਚ ਫਿਰ ਭੂਆ ਚੱਲੀ ਆਉਂਦੀ ਸੀ, ਫਿਰ ਇੱਥੇ ਭੂਆ ਮਿਸ ਕਰਤੀ ਤਾਂ ਭੂਆ ਨਾਰਾਜ਼ ਹੋ ਜਾਂਦੀ। ਮਤਲਬ ਭੂਆ ਨੂੰ ਤੁਸੀਂ ਨਾਰਾਜ਼ ਨਹੀਂ ਕੀਤਾ, ਪਰ ਤੁਹਾਡੀ ਫੈਮਿਲੀ ਜਦ ਗੀਤ ਹੈ ਵੇਖਦੀ, ਕਿਉਂਕਿ ਪਰਿਵਾਰਕ ਗੀਤ ਵੀ ਹੁੰਦੇ ਨੇ, ਇੱਕ ਸਟੋਰੀ ਮਾਹੌਲ ਉਹ ਜਿਹਾ ਹੁੰਦਾ, ਉਹਨਾਂ ਵੱਲੋਂ ਕਿਹੋ ਜਿਹਾ ਫੀਡਬੈਕ ਰਹਿੰਦਾ? ਬਿਲਕੁਲ ਵਧੀਆ ਲੱਗਦਾ, ਬਾਕੀ ਮੈਨੂੰ ਲੱਗਦਾ ਵੀ ਇੱਦਾਂ ਦੇ ਗਾਣਿਆਂ ਨਾਲ ਹਰ ਵਰਗ ਨੂੰ ਆਪਣਾ ਸਮਾਂ ਯਾਦ ਆਉਂਦਾ, ਬੱਚਿਆਂ ਲਈ ਨਵੀਂ ਚੀਜ਼ ਆ ਵੀ ਅੱਛਾ ਇੱਦਾਂ ਐਂਟੀਨੇ ਇੱਦਾਂ ਹੁੰਦੇ ਸੀਗੇ ਅਤੇ ਇੱਦਾਂ ਸੈੱਟ ਕਰਦੇ ਸੀ, ਅਤੇ ਬਾਕੀ ਜੋ ਹੰਢਾ ਚੱਕੀ ਨੇ ਸਮਾਂ, ਫੋਰ ਐਗਜ਼ਾਮਪਲ ਆਪਣੀ ਉਮਰ ਦੇ ਨੇ, ਹੈ ਨਾ, ਆਪਣੇ ਤੋਂ ਵੱਡੇ ਨੇ ਜਦੋਂ ਐਂਟੀਨਾ ਸੈੱਟ ਕਰਦੇ ਸੀ, ਆਪਣਾ ਜਦੋਂ ਸਮਾਂ ਯਾਦ ਆਉਂਦਾ, ਫਿਰ ਉਹਨੂੰ ਮੈਂ ਜਦੋਂ ਵੀ ਵੀਡੀਓ, ਜਦੋਂ ਅੱਜ TV 'ਤੇ ਲਾਂਚ ਹੋਈ PTC ਨੇ, ਵਰਲਡ ਪ੍ਰੀਮੀਅਰ ਕੀਤਾ ਤੁਸੀਂ ਨੇ, ਅਤੇ ਪਰ ਜਦੋਂ ਵੀ ਮੈਂ ਪਹਿਲਾਂ ਵੀਡੀਓ ਦਿਖਾਉਂਦਾ ਸੀ ਆਪਣੇ ਜੋ ਸਰਕਲ ਦੇ ਵਿੱਚ 2-4-5-7 ਮਿੱਤਰ ਸੀ ਜਾਂ ਕੋਈ ਵੱਡਿਆਂ ਨੂੰ ਦਿਖਾਉਂਦੇ, ਤਾਂ ਉਹਨਾਂ ਦੇ ਮੂੰਹ 'ਤੇ ਮੁਸਕਰਾਹਟ ਆ ਜਾਂਦੀ ਸੀ, ਅਤੇ ਉਹਨਾਂ ਨੂੰ ਸਮਾਂ ਯਾਦ ਆਉਂਦਾ, ਅਤੇ ਬਾਕੀ ਜਿਹੜਾ ਮੈਂ ਹੇਅਰ ਸਟਾਈਲ ਰੱਖਿਆ, ਬਾਕੀ ਤੁਸੀਂ ਤਾਂ ਸੱਚੀ ਮਿੱਚੀ ਕੰਘੀ ਰੱਖੀ ਬੈਠੇ ਹੋ ਤੁਸੀਂ, ਹੁਣ ਰੱਖਿਆ ਤੁਸੀਂ ਨੇ ਪੂਰਾ ਫੂਕ ਮਾਰ ਕੇ ਪੂਰਾ ਅਜੇ ਦੇਵਗਨ ਵਾਲਾ ਸਟਾਈਲ, ਹੈ ਨਾ, ਸ਼ੇਵ ਕਰਾਈ ਹੁੰਦੀ ਸੀ, ਅਤੇ ਉਹ ਚੀਜ਼ਾਂ ਵਧੀਆ ਲੱਗਦੀਆਂ ਨੇ ਮੈਨੂੰ, ਆਪਣਾ ਜੋ ਮੈਂ ਚੀਜ਼ਾਂ ਹੰਢਾਈਆਂ ਨੇ, ਜੋ ਮੈਂ ਚੀਜ਼ਾਂ ਕਰੀਆਂ, ਉਹੀ ਮੈਂ ਵੀਡੀਓ ਦੇ ਵਿੱਚ ਰੱਖੀ, ਉਹੀ ਲੁੱਕ ਮੇਰੀ ਸੇਮ ਟੂ ਸੇਮ, ਮੈਂ ਥੋੜ੍ਹੇ ਦਿਨ ਪਹਿਲਾਂ ਮੈਂ ਆਪਣੇ ਫੈਨ ਪੇਜ 'ਤੇ ਵੀ ਮੈਂ ਸ਼ੇਅਰ ਕੀਤੀ ਸੀ ਫੋਟੋ ਉੱਦਾਂ ਦੀ ਲੁੱਕ ਦੀ, ਅਤੇ ਉਹੀ ਮੈਂ ਵੀਡੀਓ 'ਚ ਲੈ ਕੇ ਆਇਆ। ਅਤੇ ਆਪਣੀ ਫਿਟਨੈਸ ਉੱਤੇ ਤੁਸੀਂ ਖਾਸਾ, ਮੈਨੂੰ ਯਾਦ ਹੈ ਜਦ ਬੀਤੇ ਦਿਨ ਤੁਸੀਂ ਫਿਲਮ ਦੇ ਪ੍ਰੀਮੀਅਰ ਦੌਰਾਨ ਮਿਲੇ ਸੀ, ਤੁਸੀਂ ਕਿਹਾ ਸੀ ਲੋਕ ਹਾਲੇ ਅਸੀਂ ਰਿਵੀਲ ਨਹੀਂ ਕਰਦੇ, ਆਪਣੀ ਫਿਟਨੈਸ ਉੱਤੇ ਵੀ ਤੁਸੀਂ ਕਾਫੀ ਧਿਆਨ ਇਸ ਗੀਤ ਦੇ ਮੁਤਲਕ? ਹਾਂ ਬਿਲਕੁਲ ਕੀਤਾ, ਕਿਉਂਕਿ ਉਹਦੇ ਵਿੱਚ ਥੋੜ੍ਹਾ ਜਿਹਾ ਮੈਂ ਹੈਵੀ ਦਿਖਾਇਆ ਸੀ ਆਪਣੇ ਆਪ ਨੂੰ, ਮੇਰਾ ਫੇਸ ਵੀ ਹੈਵੀ ਦਿਖਾਇਆ ਸੀਗਾ, ਕਿਉਂਕਿ ਥੋੜ੍ਹਾ ਜਿਹਾ ਗੁਰਗਰਾ ਜਿਹਾ ਮੈਂ ਇੱਦਾਂ ਹੁੰਦਾ ਸੀਗਾ, ਅਤੇ ਮੂੰਹ ਗੋਲ ਗੋਲ ਜਿਹਾ, ਹੈ ਨਾ, ਅਤੇ ਸ਼ੇਪ ਕਰਾਈ ਹੈ ਵੀ ਐਂ, ਪਰ ਉਹ ਚੀਜ਼ ਨੂੰ ਉਸ ਤੋਂ ਬਾਅਦ ਮੈਂ ਜਿੱਦੇ ਆਪਾਂ ਮਿਲੇ ਸੀ PTC ਆਪਣਾ ਮੂਵੀ ਦੇ ਪ੍ਰੀਮੀਅਰ 'ਤੇ ਮਿਲੇ ਸੀ ਆਪਾਂ ਟਾਈਗਰ ਦੇ, ਉਸ ਵੇਲੇ ਮੈਂ ਅੱਜ ਤੋਂ 20 ਦਿਨ ਪਹਿਲਾਂ ਦੀ ਗੱਲ ਹੈ, ਉਸ ਤੋਂ ਬਾਅਦ 7-8 ਕਿਲੋ ਵੇਟ ਵੀ ਲੂਜ਼ ਕੀਤਾ ਉਸ ਤੋਂ ਬਾਅਦ, ਅਤੇ
ਤੇ ਫਿਰ ਚੱਲਦਾ ਰਹਿੰਦਾ ਵਧੀਆ ਲੱਗਦਾ ਵੀ ਮੈਨੂੰ ਕੁਛ ਨਾ ਕੁਛ ਵੱਖਰਾ ਕਰਕੇ ਉਹ ਕਰੈਕਟਰ ਬਣ ਕੇ ਉਹ ਅਲੱਗ ਅਲੱਗ ਕਰੈਕਟਰ ਦੇ ਵਿੱਚ ਵੀਡੀਓ ਜਿਵੇਂ ਪਹਿਲਾ ਟਾਈਮ ਟੇਬਲ ਸੀਗਾ ਉਹਦੇ ਵਿੱਚ ਇੱਕ ਹੋਰ ਆਪਣੀ ਬੋਲੀਵੁੱਡ ਲੁੱਕ ਸੀਗੀ ਜਿਹੜਾ ਸੈਕਿੰਡ ਆਇਆ ਉਹ 'ਚ ਮੈਂ ਟਰਬਨ ਬਣ ਕੇ ਹੁਣ ਤੀਸਰੇ 'ਚ ਆਇਆ ਅਤੇ ਮੇਰੇ ਸੈਰ ਦੀ ਹੇਅਰ ਸਟਾਈਲ ਨੇ ਤਾਂ ਵਧੀਆ ਲੱਗਦਾ ਅਲੱਗ ਅਲੱਗ ਕੰਸੈਪਟ 'ਤੇ ਕੰਮ ਕਰ ਭਾਅ ਜੀ ਮੈਂ ਇਸ ਵਕਤ ਵੇਖ ਸਕ ਰਿਹਾ ਕਿ ਸੈਮ ਹੋਣਾ ਦਾ ਨੀਲਮ ਹੋਣਾ ਦਾ ਪਰਵਿੰਦਰ ਸਿੰਘ ਅਮਿਤ ਰਾਏ ਸਾਰਿਆਂ ਦੇ ਔਰ ਪਰਵਿੰਦਰ ਜੀ ਦੁਬਈ UAE ਤੋਂ ਸਾਡੇ ਨਾਲ ਜੁੜੇ ਨੇ ਸਾਰੇ ਤੁਹਾਨੂੰ ਮੁਬਾਰਕਬਾਦ ਦੇ ਰਹੇ ਨਵੇਂ ਗੀਤ ਲਈ ਤੇ ਕਹਿ ਰਹੇ ਨੇ ਕਿ ਜੇ 2-7 ਤੁਸੀਂ ਸੋਚਿਆ ਸੂਰਮਾ ਦੀ ਵੀ ਸੁਣਾ ਦੇ ਹਾਂਜੀ ਹਾਂਜੀ ਸੋਚਿਆ ਸੂਰਮਾ ਵੀ ਸੁਣਾਵਾਂਗੀ ਤੇ ਬਾਕੀ ਤੁਸੀਂ ਐਂਟੀਨਾ ਦੇ ਨਵਾਂ ਨਵਾਂ ਲਾਂਚ ਹੋਇਆ ਤੇ ਫਿਰ ਐਂਟੀਨੇ ਮੇਰੀ ਲਿਆ ਦਿਓ ਹਰ ਬੰਦਾ ਇੱਕ ਨਵੀਂ ਆਪਣੀ ਲੁੱਕ ਨਾਲ ਫੋਟੋ ਭੇਜੋ ਮੈਨੂੰ ਮੈਂ ਫੋਟੋ ਸ਼ੇਅਰ ਕਰੂੰਗਾ ਤੇ ਕੁੜੀਆਂ ਗੁੱਤਾਂ ਵਾਲੀਆਂ ਫੋਟੋਆਂ ਭੇਜੋ ਡਬਲ ਗੁੱਤ ਕਰਕੇ ਦੋ ਹਨਾ ਤੇ ਵਧੀਆ ਲੱਗੂਗਾ ਇੱਦਾਂ ਗਾਣੇ ਨੂੰ ਆਪਾਂ ਪ੍ਰਮੋਟ ਵੀ ਹੋਊ ਤੇ ਨਾਲੇ ਤੁਹਾਨੂੰ ਆਪਾਂ ਸ਼ੇਅਰ ਕਰਾਂ ਤੇ ਸੋਚੇ ਸੂਰਮੇ ਦੀ ਗੱਲ ਕਰਦੇ ਉਹ ਪਾਬੀ ਬਲਬੀਰੋ ਕਾਣੀ ਕਰਦੀ ਮਿੰਨਤਾਂ ਮਰ ਜਾਣੀ ਸੁੱਚੇ ਦੇ ਫੜਕਣ ਡੋਲੇ ਮੋਢੇ ਤੇ ਬੰਦੇ ਖਾਣੀ ਅੰਤ ਵੇਲਾ ਆ ਗਿਆ ਸੀ ਕੁੱਕਰ ਦੀ ਮਸ਼ੂਕ ਦਾ ਦੇਖੀ ਕਿਤੇ ਦੱਬਦੀ ਨਾ ਦੇਖੀ ਕਿਤੇ ਦੱਬਦੀ ਨਾ ਘੋੜਾ ਵੇ ਬੰਦੂਕ ਦਾ ਭਾਜੀ ਵਿਦੇਸ਼ਾਂ ਤੋਂ ਵੀ ਲੋਕ ਸਾਡੇ ਨਾਲ ਇਟਲੀ ਤੋਂ ਰੋਮੀ ਭਾਜੀ ਜਿਹੜੇ ਮੈਂ ਬਾਈ ਮੈਂ ਆਪ ਮੈਸੇਜ ਪੜ੍ਹਨਾ ਤੁਸੀਂ ਵੈਸੇ ਵੀਡੀਓ ਬਾਈ ਬਣਾਉਂਦਾ ਹੋਊਗਾ ਜੇ ਮੈਂ ਨਾ ਆਪ ਸੈਲਫੀ ਵੀਡੀਓ ਨਾਲੇ ਬਣਾਈ ਜਾਵਾਂ ਤੇ ਨਾਲ ਮੈਸੇਜ ਪੜ੍ਹੀ ਜਾਵਾਂ ਤਾਂ ਵਧੀਆ ਨਹੀਂ ਲੱਗੂਗਾ ਨਾ ਬਿਲਕੁਲ ਤੁਸੀਂ ਕਰ ਦਿੰਦੇ ਲਓ ਜੀ ਮੈਨੂੰ ਪੜਾਇਆ ਥੋੜਾ ਹੋਰ ਕਲੋਜ਼ ਕਰਦੇ ਹੋ ਭਾਜੀ ਕਹਿੰਦੇ ਨੇ ਕਿ ਮੈਂ ਆਪ ਹੀ ਕਰਦਾ ਹੈ ਨਾ ਹਾਂ ਇਦਾਂ ਜ਼ਿਆਦਾ ਜਿਹੜੇ ਮੈਸੇਜਸ ਨੇ ਹਾਂ ਲਓ ਜੀ ਨਾਲੇ ਜੀ ਮੈਂ ਮੈਸੇਜ ਪੜ੍ਹਨਾ ਕਹਿੰਦਾ ਮੇਰਾ ਵੀਰ ਗੁਰਮੀਤ ਚੰਨ ਸਾਹਿਬ ਕਹਿੰਦੇ ਨਾਈ ਸੌਂਗ ਮਨਜੀਤ ਸਿੰਘ ਜੀ ਰਮਨ ਜੱਟੀ ਸੁਖਦੀਪ ਸੰਧੂ ਟਵਾਣਾ ਟਵਾਣਾ ਜੀ UK ਤੋਂ ਸਤਿ ਸ਼੍ਰੀ ਅਕਾਲ ਜੀ ਅੱਜ ਤੋਂ ਕਰਾਤੀ UAE ਦੇ ਵਿੱਚ ਹੀ ਥੈਂਕ ਯੂ ਮਿਹਰਬਾਨੀ ਬਾਈ ਜੀ ਇੱਦਾਂ ਪਿਆਰ ਦਿੰਦੇ ਰਹੋ ਅਤੇ ਗਾਣੇ ਤੁਹਾਡੇ ਲਈ ਪੂਰੇ ਘੈਂਟ ਘੈਂਟ ਲੈ ਕੇ ਆਉਂਦੇ ਆਵਾਂਗੇ ਹਾਂਜੀ ਬਾਈ ਜੀ ਕੁਛ ਹੋਰ ਹਾਂਜੀ ਬਾਈ ਜੀ ਪਹਿਲੇ ਤਾਂ ਮੈਂ ਇਹ ਵੀ ਜਾਣਨਾ ਚਾਹਾਂਗਾ ਕਿ ਜਿਵੇਂ ਤੁਸੀਂ ਐਂਟੀਨਾ ਗੀਤ ਜਿਹੜਾ ਉਹ ਆਪਣੇ ਆਪ ਵਿੱਚ ਯਾਦ ਤੇ ਕਰਾ ਰਿਹਾ ਇਹਦੇ ਲਿਰਿਕਸ ਜਿਹੜੇ ਨੇ ਇਹਦੀ ਵੀਡੀਓ ਜਿਹੜੀ ਹੈ ਕੁਝ ਉਸ ਬਾਰੇ ਵੀ ਦੱਸੋ ਹਾਂ ਵੀਡੀਓ ਕੀਤੀ ਹੈ ਫਰੇਮ ਸਿੰਘ ਹੋਰਾਂ ਨੇ ਪਿਛਲਾ ਟਾਈਮ ਟੇਬਲ ਵੀ ਉਹਨਾਂ ਨੇ ਕੀਤਾ ਸੀ ਉਹਨਾਂ ਨਾਲ ਮੇਰਾ ਬੜਾ ਪ੍ਰੇਮ ਹੈ ਅਤੇ ਇੱਕ ਟੀਮ ਹੈ ਸਾਡੀ ਅਤੇ ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਵੀਡੀਓ ਕੀਤੀ ਦੋ ਭਰਾ ਨੇ ਉਹ ਫਰੈਂਡ ਨੇ ਆਪਸ ਦੇ ਵਿੱਚ ਪੁਨੀਤ ਬੇਦੀ ਅਤੇ ਆਪਣਾ ਮੋਹਿਤ ਮੇਦਾ ਅਤੇ ਉਹਨਾਂ ਦੀ ਕੰਪਨੀ ਦਾ ਨਾਮ ਜਿਹੜਾ ਫਰੇਮ ਸਿੰਘ ਹੈ ਅਤੇ ਉਹਨਾਂ ਨੇ ਵੀਡੀਓ ਕੀਤੀ ਹੈ ਮਿਊਜ਼ਿਕ ਕੀਤਾ ਗੈਗ ਸਟੂਡੀਓ ਫਸਟ ਟਾਈਮ ਟੇਬਲ ਦਾ ਵੀ ਉਹਨਾਂ ਨੇ ਕੀਤਾ ਸੀ ਅਤੇ ਅਲਾਇਸ ਦਾ ਵੀ ਉਹਨੇ ਮਿਊਜ਼ਿਕ ਕੀਤਾ ਅਤੇ ਲਿਰਿਕਸ ਲਿਖੇ ਨੇ ਮੱਟ ਸ਼ੇਰੋਂ ਵਾਲੇ ਨੇ ਸਪੀਡ ਰੈਕਡ ਵੱਲੋਂ ਰਿਲੀਜ਼ ਹੋਇਆ ਅਤੇ ਭਾਅ ਜੀ ਜਿਵੇਂ ਉਹਨੇ ਮੈਸੇਜ ਮੈਂ ਵੇਖ ਰਿਹਾ ਸੀ ਪਿੱਛੇ ਥੋੜ੍ਹਾ ਜਿਹਾ ਮੈਸੇਜ ਆਇਆ ਸੀ ਕਿ ਤੁਸੀਂ ਫਿਲਮ ਕਦੋਂ ਕਰ ਰਹੇ ਹੋ ਫਿਲਮ ਦਾ ਬਾਈ ਜੀ ਮੈਨੂੰ ਲੱਗਦਾ ਮੈਂ ਅਕਸਰ ਜਿੱਦੇ ਵਿਹਲੇ ਹੁੰਦੇ ਹਾਂ ਸਾਡੀ ਲਗਭਗ ਮੀਟਿੰਗ ਹੁੰਦੀ ਹੈ ਪ੍ਰੋਡਿਊਸਰ ਆਉਂਦੇ ਨੇ ਫਿਲਮ ਵਾਲੇ ਰਾਈਟਰ ਵੀ ਆਉਂਦੇ ਨੇ ਬਟ ਸਾਨੂੰ ਸਾਡੇ ਹਿਸਾਬ ਦੀ ਚੀਜ਼ ਨਹੀਂ ਮਿਲੀ ਜਿਹੜੀ ਲੱਗਦਾ ਵੀ ਅਸੀਂ ਕਰ ਸਕਦੇ ਹਾਂ ਹਜੇ ਕੋਈ ਵਧੀਆ ਸਟੋਰੀ ਜੇ ਸਾਨੂੰ ਲੱਗੀ ਅਸੀਂ ਵੀ ਜ਼ਰੂਰ ਕਰਾਂਗੇ ਫਿਲਹਾਲ ਹਜੇ ਕੰਮ ਕਰ ਰਹੇ ਹਾਂ ਵਧੀਆ ਸ਼ੋਅ ਸ਼ੂ ਕਰੀ ਜਾਂਦੇ ਹਾਂ ਵਧੀਆ ਬਾਬੇ ਦੀ ਮਿਹਰ ਹੈ ਪੂਰੀ ਅਤੇ ਹੁਣ ਟਾਈਮ ਟੇਬਲ ਦੀ ਫਰਮਾਇਸ਼ ਵੀ ਆ ਰਹੀ ਹੈ ਹਾਂਜੀ ਹਾਂਜੀ ਟਾਈਮ ਟੇਬਲ ਵੀ ਸੁਣਾਉਣਾ ਬਾਈ ਬਿਲਕੁਲ ਸੈੱਟ ਹੋ ਗਿਆ ਐਂਟੀਨਾ ਸੌਂਗ ਕਿਆ ਬਾਤ ਆ ਜੀ ਜੀਤ ਸੰਘੋਲ ਸਾਹਿਬ ਕਹਿੰਦੇ ਬਲਜਿੰਦਰ ਨੱਤ ਹੱਥ ਕਰਤੀ ਬਾਈ ਜੀ ਥੈਂਕ ਯੂ ਸੇਮਾ ਬਰਾੜ ਦੌਲਤਪੁਰੀ ਹੈ ਅਤੇ ਹੋਰ ਵੀ ਮੈਂ ਕਹਿਣਾ ਚਾਹੁੰਦਾ ਮੇਰਾ ਥੋੜ੍ਹੇ ਦਿਨ ਪਹਿਲਾਂ ਮੇਰਾ 2 ਮਿਲੀਅਨ ਦਾ ਫੈਨ ਪੇਜ ਸੀਗਾ ਪਤਾ ਨਹੀਂ ਡਿਲੀਟ ਕਰਤਾ ਕਿਸੇ ਨੇ ਪਤਾ ਨਹੀਂ ਹੈਕ ਹੋ ਗਿਆ ਅਤੇ ਉਹਦਾ ਮੈਨੂੰ ਬੜਾ ਵੱਡਾ ਘੱਟ ਹੈ ਪਰ PTC ਦਾ ਪੇਜ ਸਾਡੇ ਨਾਲ ਹੈ ਜੀ ਸਾਰੀ PTC ਟੀਮ ਨਾਲ ਹੈ ਅਤੇ ਤੁਸੀਂ ਮੇਰੇ ਨਾਲ ਹੋ ਅਤੇ ਇੱਦਾਂ ਪਿਆਰ ਕਰਦੇ ਰਹੋ ਮੈਨੂੰ ਇੱਦਾਂ ਨਾ ਲੱਗੇ ਕਿ ਮੇਰੇ ਫੈਨ ਪੇਜ ਉੱਡਿਆ ਹੈਗਾ ਫੈਨ ਨਹੀਂ ਉੱਡੇ ਹੈਗੇ ਮੇਰੇ ਫੈਨ ਪੇਜ ਮੇਰੇ ਫੈਨ ਨੇ ਮੇਰੇ ਨਾਲ ਹੀ ਨੇ ਅਤੇ ਗਾਣੇ ਦੀ ਫੁੱਲ ਹਨੇਰੀ ਲਿਆ ਦਿਓ ਸ਼ੇਅਰ ਕਰਕੇ ਅਤੇ ਵੱਧ ਤੋਂ ਵੱਧ ਤੁਸੀਂ ਸਪੋਰਟ ਕਰੋ ਵੱਧ ਤੋਂ ਵੱਧ ਤੁਹਾਡੇ ਗੀਤ ਆਇਆ ਪਰ ਉਹ ਦਵਿੰਦਰ ਭਾਅ ਜੀ ਹੁਣੇ ਕਹਿ ਰਹੇ ਨੇ ਕਿ ਅੱਜ ਅਸੀਂ ਪਾਰਟੀ ਕਰਨ ਵਾਲੇ ਹਾਂਜੀ ਹਾਂਜੀ ਪਾਰਟੀ ਦੇ ਉੱਤੇ ਫਿਰ ਐਂਟੀਨਾ ਪੂਰਾ ਸੈੱਟ ਕਰ ਲਓ ਜੀ ਹੈ ਨਾ ਐਂਟੀਨੇ 'ਤੇ ਫਿਰ ਪੂਰਾ ਗਾਹ ਪਾਉਣਾ ਤੁਸੀਂ ਨੇ ਕਿਉਂਕਿ ਡਾਂਸਿੰਗ ਬੀਟ ਬਣਿਆ ਪੂਰਾ ਹੁਣ ਸੀਜ਼ਨਲੀ ਹੈ ਵੈਡਿੰਗ ਸੀਜ਼ਨ ਸਟਾਰਟ ਹੈਗਾ ਅਤੇ ਪਾਰਟੀਆਂ ਸਟਾਰਟ ਨੇ ਅਤੇ ਹਨੇਰੀ ਲਿਆ ਦਿਓ ਫਿਰ ਚੱਕ ਚੱਕ ਫੱਟੇ ਅਤੇ ਭਾਅ ਜੀ ਜਿਵੇਂ ਤੁਸੀਂ ਕਿਹਾ ਉਹਦੇ ਵਿੱਚ ਕਿ ਤੁਸੀਂ ਆਪ ਜਿਹਨੂੰ ਕਹਿੰਦੇ ਨੇ ਉਹ ਉਹਦੇ ਨਾਲ ਹੇਅਰਸਟਾਈਲ ਜਿਹੜਾ ਉਹ ਬਣਾਉਂਦੇ ਹੋ ਹਾਂਜੀ ਅਤੇ ਬਾਕਾਇਦਾ ਨਾਲ ਤੁਸੀਂ ਕੀ ਹੇਅਰਸਟਾਈਲ ਉਦੋਂ ਬਣਾਇਆ ਸੀ ਅਜਿਹਾ ਹਾਂ ਮੈਂ ਦੱਸੀ ਵੀ ਮੈਂ ਥੋੜ੍ਹੇ ਦਿਨ ਪਹਿਲਾਂ ਇੱਕ ਮੈਂ ਫੋਟੋ ਵੀ ਸ਼ੇਅਰ ਕੀਤੀ ਸੀ ਮੇਰੇ ਮੈਂ ਤੁਹਾਨੂੰ ਦਿਖਾਵਾਂ ਇਹਦੇ ਵਿੱਚ ਮੇਰੀ ਫੋਟੋ ਹੋ ਗਈ ਸ਼ਾਇਦ ਆਪਾਂ ਫੋਨ ਦੇ ਵਿੱਚ ਮੈਂ ਬਣਾਉਣਾ ਤੁਹਾਨੂੰ ਅਤੇ ਉਹਦੇ ਵਿੱਚ ਮੇਰੀ ਜਿਹੜੀ ਲੁੱਕ ਸੀ ਨਾ ਬਿਲਕੁਲ ਇੱਦਾਂ ਹੀ ਸੀਗੀ ਅਤੇ ਉਹ ਫਿਰ ਜਦੋਂ ਚੀਜ਼ ਆਪਾਂ ਕਰਦੇ ਹਾਂ ਨਾ ਬੜਾ ਵਧੀਆ ਲੱਗਦਾ ਹੈਗਾ ਆਹ ਵਧੀਆ ਮੈਨੂੰ ਲੱਗਦਾ ਆਪਾਂ ਨੈਚੁਰਲੀ ਹੈ ਨਾ ਜਿਹੜੀ ਇੰਟਰਵਿਊ ਚੱਲ ਰਹੀ ਹੈ ਇਹ ਵਧੀਆ ਲੱਗ ਰਹੀ ਹੈ ਭਾਜੀ ਹੁਣੇ ਆਪਣੀ ਜਿਹੜੀ ਉਹ ਪੁਰਾਣੀ ਫੋਟੋਗ੍ਰਾਫ ਹੈ ਉਹ ਖਾਸ ਕੱਢ ਕੇ ਵਿਖਾਉਣ ਵਾਲੇ ਨੇ ਜਿੱਥੋਂ ਇਹ ਇੰਸਪਾਇਰਡ ਹੈ ਇਹ ਦੇਖੋ ਤੁਸੀਂ ਮੈਂ ਸਾਰੇ ਸਰੋਤਿਆਂ ਨੂੰ ਇਸ ਵਕਤ ਦਿਖਾਉਣਾ ਚਾਹਾਂਗਾ ਕਿ ਇਹਦੇ ਵਿੱਚ ਛੋਟੇ ਵਾਲੇ ਮੈਂ ਛੋਟੇ ਵਾਲੇ ਸਭ ਤੋਂ ਕੁਲਵਿੰਦਰ ਭਾਜੀ ਨੇ ਤੇ ਇਹ ਤੁਸੀਂ ਲੁੱਕ ਵੇਖ ਲਓ ਉਦੋਂ ਭਾਜੀ ਪੈਂਟਾਂ ਦਾ ਸਟਾਈਲ ਕਿਹਾ ਜਿਹਾ ਹਾਂ ਦੇਖੋ ਆਹ ਇੱਕ ਹੋਰ ਫੋਟੋ ਖਾ ਮੈਂ ਥੋੜ੍ਹਾ ਲਾਈਟ ਬਲੂ ਕਰਕੇ ਆਹ ਦੇਖੋ ਬਾਈ ਇਹਦੇ ਮਾੜਾ ਲਾਈਵ ਕੈਮਰਾ ਨੇੜੇ ਇਹ ਆਈ ਬਾਈ ਮੇਰਾ ਆਹ ਦੇਖੋ ਜੀ ਪੈਂਟ ਪਾਈ ਹੋਈ ਹੈ ਤਾਏ ਦਾ ਬੇਟਾ ਮੇਰਾ ਕਈਆਂ ਨੇ ਜਦੋਂ ਮੈਂ ਫੋਟੋ ਪਾਈ ਕਈ ਕਹਿੰਦੇ ਬਾਈ ਸ਼ਰਾਰਾ ਪਾਇਆ
ਕੋਈ ਕਹਿੰਦਾ ਸੀ ਘੱਗਰਾ ਪਾਇਆ, ਕੋਈ ਕਹਿੰਦਾ ਬੋਰੀ ਪਾਈ ਹੈ, ਐਡੀਆਂ ਐਡੀਆਂ ਮੂਹਰੇ ਬੰਦੇ ਪੈਰ ਵੀ ਨਹੀਂ ਦਿਖਦੇ ਵਿੱਚ, ਏਦਾਂ ਦਾ ਸਟਾਈਲ ਸੀ। ਤਾਂ ਫਿਰ ਮੈਨੂੰ ਵਧੀਆ ਲੱਗਦਾ ਮੇਰੇ ਜਿੱਦਾਂ ਗਾਣਿਆਂ ਦੇ ਵਿੱਚ ਹੈ ਨਾ, ਅਤੇ ਵਧੀਆ ਨਜ਼ਾਰਾ ਸਵਾਰ ਆਉਂਦਾ ਕਰਕੇ। ਅਤੇ ਤੁਹਾਡੀਆਂ ਆਪਣੀਆਂ ਕਿਹੜੀਆਂ ਅਜਿਹੀਆਂ ਯਾਦਾਂ ਨੇ ਜਿਹੜੀਆਂ ਪਿੰਡ ਦੀਆਂ ਇਸ ਦੇ ਨਾਲ ਤਾਜ਼ਾ ਹੋਈਆਂ, ਐਂਟੀਨਾ ਤਾਂ ਠੀਕ ਕਰਦੇ, ਹੋਰ ਕਿਹੜੀਆਂ ਯਾਦਾਂ ਸਾਡੇ ਜ਼ਹਿਨ ਚੋਂ ਨਿਕਲੀਆਂ? ਦੇਖਿਆ ਵੀ ਆਪਣੇ ਪਹਿਲੇ ਚ ਵਿੱਚ ਵੀ ਮੈਂ ਕੁਛ ਨਾ ਕੁਛ ਯਾਦਾਂ ਦਿਖਾਈਆਂ, ਅਤੇ ਸੈਕਿੰਡ ਦੇ ਵਿੱਚ ਟਿਊਸ਼ਨ ਵਾਲੀ ਚੀਜ਼ ਦਿਖਾਈ, ਅਤੇ ਹੌਲੀ ਹੌਲੀ ਹਰ ਇੱਕ ਗਾਣੇ ਦੇ ਵਿੱਚ ਅੱਗੇ ਟਾਈਮ ਟੇਬਲ ਦੇ ਪਤਾ ਨਹੀਂ ਕਿੰਨੇ ਪਾਰਟ ਆਉਣੇ ਨੇ, ਹੌਲੀ ਹੌਲੀ ਫਿਰ ਮੈਂ ਜੋ ਜੋ ਕਰਦਾ ਰਿਹਾ ਉਹ ਆਪਣੇ ਗਾਣੇ ਦੇ ਵਿੱਚ ਜ਼ਰੂਰ ਲੈ ਕੇ ਆਉਂਦਾ ਰਹੂੰਗਾ। ਇਕਬਾਲ ਹੋਣੀ ਕਹਿ ਰਹੇ ਨੇ ਪਲੀਜ਼ ਸੁਣਾ ਦਿਓ ਟਾਈਮ ਟੇਬਲ ਗਾਣਾ। ਹਾਂ ਪਹਿਲੇ ਟਾਈਮ ਟੇਬਲ ਦੀ ਗੱਲ ਕਰੀਏ ਬਾਈ, ਟੇਬਲ ਚਿੱਠੀ ਤੇ ਹੁੰਦੇ ਸਾਰੇ ਸੀ ਨੀ ਅੱਖ ਭੂਆ ਤੋਂ, ਅੱਖ ਭੂਆ ਤੋਂ, ਅੱਖ ਭੂਆ ਤੋਂ ਬਚਾ ਕੇ ਡੁੱਬ ਜਾਣੀਏ, ਤੂੰ ਵੀ ਇਸ਼ਕੇ ਦਾ ਲੁੱਟਦੀ ਨਜ਼ਾਰੇ ਸੀ ਓਏ। ਚਲੋ ਭਾਜੀ ਸਾਡੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਟਾਈਮ ਟੇਬਲ 3-4 ਜਿੰਨੇ ਵੀ ਆਉਂਦੇ ਰਹਿਣ ਲੋਕਾਂ ਦਾ ਪਰਵਾਹ ਵਗੈਰਾ ਤੁਹਾਨੂੰ ਮਿਲਦਾ ਰਹੇ। ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਕਰਦਾ ਜੀ ਪੀਟੀਸੀ ਦਾ, ਪੀਟੀਸੀ ਟੀਮ ਦਾ, ਸਾਰੀਦਾਰ ਮੈਡਮ ਰਾਜੀ ਸ਼ਿੰਦੇ ਦਾ, ਅਤੇ ਸਾਰੀ ਟੀਮ ਦਾ ਤੁਹਾਡਾ, ਤੁਸੀਂ ਸਾਡਾ ਇੰਨਾ ਪਿਆਰ ਕਰਦੇ ਹੋ, ਸਾਡੇ ਗਾਣਿਆਂ ਨੂੰ ਤੁਸੀਂ ਲੋਕਾਂ ਤੱਕ ਪਹੁੰਚਾਉਂਦੇ ਹੋ, ਥੈਂਕਸ ਕਰਦਾ ਜੀ। ਐਂਟੀਨੇ ਨੂੰ ਇੱਦਾਂ ਹੀ ਪੂਰਾ ਪਿਆਰ ਦਿੰਦੇ ਰਹੋ ਜਿੱਦਾਂ ਮੇਰੇ ਦੂਸਰੇ ਗਾਣੇ ਨੂੰ ਪਿਆਰ ਦਿੰਦੇ। ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ।